ठीक है, आप मूव होती रहे ऐसे, जब हम बात करेंगे ना तो आप तो इधर को भी आ जाना, ओके। मिनिस्टर जिनी सिंह नाजरीन मेरे साथ हैं, वेलकम बैक टू दिल अपना पाकिस्तान। जिनी सिंह, आप ये बताएं हमें, हमारे लोगों को, वोटर्स को, कि आप ये इलेक्शन जीता है अभी ननायमो वाला, तो इसमें बताएं कि एनडीपी की क्या अच्छी चीजें थी जिसमें लोगों ने पार्टी को ये मौका दिया कि वो अपनी गवर्नमेंट रिटेन कर सकें, क्योंकि इट वाज अ क्रूशियल सीट फॉर द एनडीपी, अदरवाइज देयर वुड बी अ टाई। ये इलेक्शन बहुत ही इंपॉर्टेंट सिगा सारियां ले, सारियां ले उठे, ऐसी कहने हैं भी लिबरल ने भी पूरा जोर लाया, ग्रीन ने भी जोर लाया, तो असी भी पूरा जोर लाया। बिल्कुल, मैं ਉੱਥੇ ਨਨਾਇਮੋ 25 ਸਾਲ ਰਹੀ ਹਾਂ, ਰਾਈਟ, ਤੇ ਮੇਰੀ ਬੇਟੀ ਹਾਲੇ ਵੀ ਉੱਥੇ ਰਹਿੰਦੀ ਆ। ਵੈਰੀ ਗੁੱਡ। ਮੈਂ ਕਹਿੰਦੀ ਹੁੰਦੀ ਕੈਨੇਡਾ ਵਿੱਚ ਮੇਰੀਆਂ ਜੜ੍ਹਾਂ ਹੀ ਉੱਥੇ ਹੈਗੀਆਂ, ਉੱਥੇ ਹੈਗੀਆਂ ਤੇ ਉਹਨਾਂ ਜੜ੍ਹਾਂ ਦੇ ਵਿੱਚ ਜਿੰਨੇ ਵੀ ਬੱਚਿਆਂ ਨੂੰ ਮੈਂ ਪੜ੍ਹਾਇਆ ਸੀ, ਬਹੁਤ ਸਾਰਿਆਂ ਨੂੰ ਮੁੜ ਕੇ ਫੇਰ ਮਿਲੀ, ਉਹਨਾਂ ਦੇ ਪਰਿਵਾਰਾਂ ਨੂੰ ਮਿਲੀ। ਪਰ ਜਦੋਂ ਅਸੀਂ ਡੋਰ ਸਟੈਪ ਤੇ ਜਾਂਦੇ ਸੀ ਲੋਕਾਂ ਨਾਲ ਗੱਲਾਂ ਕਰਦੇ ਸੀਗੇ, ਉਹ ਕਹਿੰਦੇ ਸੀ ਪਿਛਲੇ 16 ਸਾਲਾਂ ਦੇ ਵਿੱਚ ਸਰਕਾਰ ਨੇ ਸਾਡੇ ਨਨਾਇਮੋ ਦੇ ਵੱਲ ਇੱਕ ਵਾਰੀ ਵੀ ਨਹੀਂ ਦੇਖਿਆ, ਤਵੱਜੋ ਨਹੀਂ ਦਿੱਤੀ, ਉਹ ਜਿਹੜੀ ਪਹਿਲੀ ਸਰਕਾਰ ਸੀਗੀ। ਹਾਂਜੀ, ਉਹ ਕਹਿੰਦੇ ਸੀ ਸਾਡੇ ਹਸਪਤਾਲ ਦੇ 2012 ਦੀ ਰਿਪੋਰਟ ਨਿਕਲੀ ਸੀ, 2013 ਦੀ, ਵੀ ਐਮਰਜੈਂਸੀ ਰੂਮ ਇਜ਼ ਦ ਵਰਸਟ ਇਨ ਦ ਪ੍ਰੋਵਿੰਸ। ਓ ਮਾਈ ਗੋਡ। ਫਿਰ ਵੀ ਕਹਿੰਦੇ ਉਹਨਾਂ ਨੇ ਕੁਝ ਨਹੀਂ ਸੀ ਕੀਤਾ, ਸਾਡੇ ਅਫੋਰਡੇਬਲ ਹਾਊਸਿੰਗ ਦੇ ਇੰਨੂ ਇਸ਼ੂ ਸੀਗੇ, ਸੀਨੀਅਰਸ ਦੇ ਇਸ਼ੂ ਸੀਗੇ, ਚਾਈਲਡ ਕੇਅਰ ਦੇ ਸੀਗੇ, ਐਜੂਕੇਸ਼ਨ ਦੇ ਸੀਗੇ, ਕਹਿੰਦੇ ਅਸੀਂ ਕੁਝ ਨਹੀਂ ਦੇਖਿਆ। ਪਰ ਕਹਿੰਦੇ ਜਦੋਂ ਦੀ ਐਨਡੀਪੀ ਸਰਕਾਰ ਆਈ ਹੈ ਉਦੋਂ ਦਾ ਸਾਡਾ ਹਸਪਤਾਲ ਦਾ ਵੀ ਐਲਾਨ ਹੋ ਗਿਆ ਵੀ ਨਵਾਂ ਐਮਰਜੈਂਸੀ ਰੂਮ, ਸੀਨੀਅਰ ਹਾਊਸਿੰਗ ਦਾ ਵੀ ਹੋ ਗਿਆ, ਸੀਨੀਅਰ ਖੈਰ ਦਾ ਵੀ ਹੋ ਗਿਆ, ਚਾਈਲਡ ਖੈਰ ਦਾ ਵੀ ਹੋ ਗਿਆ। ਤੇ ਪਰ ਉਹ ਕਹਿੰਦੇ ਸੀ ਸਭ ਤੋਂ ਜ਼ਿਆਦਾ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਹੜੀ ਨਵੀਂ ਸਰਕਾਰ ਆ, ਐਨਡੀਪੀ ਸਰਕਾਰ ਆ, ਇਹ ਹਰੇਕ ਦਾ ਸੋਚਦੀ ਆ, ਸਿਰਫ ਜਿਹੜੇ ਟੌਪ 2% ਆ ਉਹਨਾਂ ਦਾ ਨਹੀਂ ਸੋਚਦੀ। ਇੱਕ ਲੋਕਾਂ ਦੇ ਮਨ ਵਿੱਚ ਸੀਗਾ ਜਿਹੜਾ ਕਰਪਸ਼ਨ, ਬੇਸ਼ੱਕ ਦੀ ਤੁਸੀਂ ਮਨੀ ਲੌਂਡਰਿੰਗ ਦਾ ਸੋਚ ਲਵੋ, ਜੋ ਕੁਛ ਨਿਕਲਿਆ ਸੀ ਸਪੀਕਰ ਦੇ ਆਫਿਸ ਵਿੱਚੋਂ, ਪਰ ਉਹ ਵੀ ਕਹਿੰਦੇ ਸੀਗੇ ਵੀ ਜਿਹੜੀ ਪਾਰਟੀ ਨੇ ਇੰਨੇ ਸਾਲ ਚੀਜ਼ਾਂ ਲੁਕੋਈਆਂ, ਹਾਂਜੀ ਹਾਂਜੀ, ਤੇ ਉਹ ਉਹਨਾਂ ਦਾ ਹੱਲ ਨਹੀਂ ਤੋੜ ਸਕੇ, ਹੁਣ ਅਸੀਂ ਉਹਨਾਂ ਨੂੰ ਕਿਉਂ ਮੌਕਾ ਦੇਈਏ ਵੀ ਉਹ ਵਾਪਸ ਚੱਕ ਕੇ ਉਹ ਚੀਜ਼ਾਂ ਨੂੰ ਫੇਰ ਲੁਕੋ ਸਕਣ। ਸੋ ਪਰ ਆਮ ਇਨਸਾਨ ਖੁਸ਼ ਸੀਗਾ ਵੀ ਜੋ ਕੁਛ ਐਨਡੀਪੀ ਕਰ ਰਹੇ ਆ, ਪਰ ਉਹ ਵੀ ਕਹਿੰਦੇ ਸੀਗੇ ਇਦੋਂ ਵੀ ਜਲਦੀ ਕਰੋ, ਕਰਕੇ ਜਦੋਂ ਲੋਕਾਂ ਨੂੰ ਥੋੜੀ ਇੱਕ ਨਾ ਸਹੂਲਤਾਂ ਮਿਲਣੀਆਂ ਚਾਹੀਦੀਆਂ ਆ, ਉਹਨਾਂ ਦੀ ਮੰਗ ਵੀ ਹੋ ਜਾਂਦੀ ਵੀ ਇਦੋਂ ਵੀ ਵਧੀਆ ਹੋ ਜਾਵੇ, ਅਸੀਂ ਪੂਰੀ ਕੋਸ਼ਿਸ਼ ਕਰਦੇ ਰਹਿਣਾ ਆ। ਅਸੀਂ ਬਹੁਤ ਧੰਨਵਾਦੀ ਹਾਂ ਜਿਹੜੇ ਵੋਟਰ ਸੀਗੇ ਨਨਾਇਮੋ ਦੇ, ਉਹਨਾਂ ਨੇ ਸ਼ੀਲਾ ਮਾਲਕਰਸਨ ਜਿਹੜੀ ਬਹੁਤ ਵੱਡੀ ਆ, ਵਧੀਆ ਰਿਪ੍ਰੈਜੈਂਟੇਟਿਵ ਹੈਗੀ ਆ, ਤੇ ਉਧਰੋਂ ਜੌਨ ਹੋਗਨ ਤੇ ਸਾਡੀ ਸਾਰੀ ਟੀਮ ਤੇ ਭਰੋਸਾ ਕਰਕੇ ਨਨਾਇਮੋ ਦੇ ਵਿੱਚ ਇੱਕ ਵਾਰੀ ਫੇਰ ਐਨਡੀਪੀ ਐਮਐਲਏ ਗਈ ਆ, ਤੇ ਅਸੀਂ